ਧਨ ਪਿਆਰੀ ਧਨ ਹੈ ਤੇਰੀ ਸਾਧ ਸੰਗਤ ਜੀ ਧਨ ਹੈ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ 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 ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਕਦੀ ਨਾ ਡੋਲ ਵਾਹਿਗੁਰੂ ਕਦੀ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੂੰ ਤਾਂ ਦਰਗਾਹ ਚ ਭਾਵੇਂ ਮਾਣ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਬੋਲ ਨਾ ਡੋਲ ਵਾਹਿਗੁਰੂ ਬੋਲ ਕਦੀ ਨਾ ਡੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਬੋਲ ਵਾਹਿਗੁਰੂ ਜੀ ਕਾ
ਤਾ ਸੁਖਰਾਸ ਤਾ ਕਉ ਵਿਘਨ ਕੋ ਲਾਗੈ ਜਾ ਕੀ ਪ੍ਰਵਾਗੈ ਅਰਦਾਸ ਅਰਦਾਸ ਇੱਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਠ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਆਪ ਜੀਆਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡ ਕੀਤਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾ ਸੰਗਨ ਵਾਹੀ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਵੀਸਵੀਂ ਸਦੀ ਕੇ ਅਵਤਾਰ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਗੁਰਸਾਗਰ ਮਸਤੂਆਣਾ ਸਾਹਿਬ ਵਾਲਿਆਂ ਦੀਆਂ ਸਖਤ ਕਮਾਈਆਂ ਦਾ ਧਿਆਨ ਧਰ ਕੇ ਬੋਲਣਾ ਜੀ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾ ਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੂਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਾਲ ਧਰਮਗਾ ਜੈਕਾਰ ਬੋਲਣਾ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀਆਂ ਦੇ ਚਰਨਾਂ ਕਮਲਾਂ ਪਾਸ ਅਰਦਾਸਾਂ ਬੇਨਤੀਆਂ ਜੋਦੜੀਆਂ ਹਨ ਮਹਾਰਾਜ ਜੀ ਆਪ ਜੀਆਂ ਦੀ ਕਿਰਪਾ ਦਾ ਸਦਕਾ ਆਪ ਜੀਆਂ ਦੇ ਤਪ ਸਥਾਨ ਪ੍ਰਾਚੀਨ ਉਦਾਸੀਨ ਡੇਰਾ ਫਕੀਰੋਂ ਕੇ ਬਖਸ਼ਿਸ਼ੇ ਧਰਤੀ ਗੁਫਾ ਸਰ ਸਾਹਿਬ ਵਿਖੇ ਆਪ ਜੀਆਂ ਦੇ ਦਰੋਂ ਘਰੋਂ ਬਖਸ਼ੇ ਮਹਾਂਪੁਰਖ ਸੰਤ ਬਾਬਾ ਵੀਰ ਰਮਦਾਸ ਜੀ ਮਹਾਰਾਜ ਸੰਤ ਬਾਬਾ ਦੇਵਾਦਾਸ ਜੀ ਮਹਾਰਾਜ ਸੰਤ ਬਾਬਾ ਪੂਰਨ ਦਾਸ ਜੀ ਮਹਾਰਾਜ ਸ਼੍ਰੀਮਾਨ 111 ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜੀਓ ਸੁਦੀ ਦਸਵੀਂ ਦੇ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਮਹਾਰਾਜ ਜੀਓ ਮੌਜੂਦਾ ਗੱਦੀ ਨਸ਼ੀਨ ਮਹਾਂਪੁਰਖਾਂ ਦੀ ਸਰਪ੍ਰਸਤੀ ਹੇਠ ਜਿਹੜੇ ਸੇਵਕ ਪਰਿਵਾਰਾਂ ਵੱਲੋਂ ਮਹਾਰਾਜ ਜੀ ਆਪ ਜੀ ਦੇ ਸਥਾਨਾਂ 'ਤੇ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਸੇਵਾ ਹੋਈ ਹੈ ਪਹਿਲੇ ਸ਼੍ਰੀ ਅਖੰਡ ਪਾਠ ਸਾਹਿਬ ਸ਼੍ਰੀਮਾਨ ਹਜੂਰ ਅਟਲ ਤੇਜ ਵੱਡ ਪ੍ਰਤਾਪੀ ਗਰੀਬ ਨਿਵਾਸ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜੀਆਂ ਵੱਲੋਂ ਰਚੇ ਸੰਤ ਖਾਲਸਾ ਦਲ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਮਹਾਰਾਜ ਜੀ ਸ਼੍ਰੀ ਅਖੰਡ ਪਾਠ ਸਾਹਿਬ ਜੀਆਂ ਦੀ ਸੇਵਾ ਹੋਈ ਹੈ
ਦੂਜੇ ਸ਼੍ਰੀ ਅਖੰਡ ਪਾਠ ਸਾਹਿਬ ਆਪ ਜੀਆਂ ਦੇ ਦਰ ਘਰ ਦੇ ਸੇਵਕ, ਬੇਟੀ ਗੁਰਪ੍ਰੀਤ ਕੌਰ, ਬੇਟਾ ਸਤਨਾਮ ਸਿੰਘ, ਪੁੱਤਰ ਪੁੱਤਰੀ ਸਰਦਾਰ ਚਮਕੌਰ ਸਿੰਘ ਬੰਬਾਲ ਤੋਂ, ਤੀਜੇ ਸ਼੍ਰੀ ਅਖੰਡ ਪਾਠ ਸਾਹਿਬ ਜੀਆਂ ਦੀ ਸੇਵਾ ਆਪ ਜੀਆਂ ਦੇ ਦਰ ਘਰ ਦੇ ਸੇਵਕ, ਸਰਦਾਰ ਨਿਰਮਲ ਸਿੰਘ ਪਿੰਡ ਨੰਗਲਾਂ ਤੋਂ ਮਹਾਰਾਜ ਜੀ, ਉਹ ਚੌਥੇ ਸ਼੍ਰੀ ਅਖੰਡ ਪਾਠ ਸਾਹਿਬ ਜੀਆਂ ਦੀ ਸੇਵਾ ਆਪ ਜੀਆਂ ਦੇ ਦਰ ਘਰ ਦੇ ਸੇਵਕ, ਕਾਕਾ ਹਰਦੀਪ ਸਿੰਘ, ਉਹਨਾਂ ਦੀ ਸੁਪਤਨੀ ਬੀਬੀ ਮਨਜੀਤ ਕੌਰ ਜੋ ਕਿ ਇੰਗਲੈਂਡ, ਬੇਟੀ ਸੰਦੀਪ ਕੌਰ ਆਸਟ੍ਰੇਲੀਆ, ਪੁੱਤਰੀ ਸਰਦਾਰ ਮੇਜਰ ਸਿੰਘ ਕੰਗਣਵਾਲ ਪਰਿਵਾਰ ਵੱਲੋਂ ਮਹਾਰਾਜ ਜੀ, ਆਪ ਜੀਆਂ ਦੇ ਸਥਾਨਾਂ 'ਤੇ ਸੇਵਕ ਪਰਿਵਾਰਾਂ ਵੱਲੋਂ ਮਹਾਰਾਜ ਜੀ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਸੇਵਾ ਹੋਈ ਹੈ। ਕਿਰਪਾ ਕਰਨੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਕਾਰਜ ਰਾਸ ਕਰਨੇ, ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀਆਂ ਕਲਾ ਬਖਸ਼ਣੀਆਂ, ਆਪਣੇ ਦਰੋਂ ਘਰੋਂ ਨਾਮ ਪਾਣੀ ਦੀ ਦਾਤ ਬਖਸ਼ਣੀ, ਸੇਵਾ ਕਰਨ ਦਾ ਵਰਦਮ ਬਖਸ਼ਣਾ ਮਹਾਰਾਜ ਜੀ। ਸੁਦੀ ਦਸਵੀਂ ਦੇ ਦਿਹਾੜਿਆਂ ਨੂੰ ਮੁੱਖ ਰੱਖਦੇ ਹਾਂ, ਸੰਤ ਖਾਲਸਾ ਪ੍ਰਕਾਸ਼ ਕੀਰਤਨ ਦਰਬਾਰ ਸਜਾਏ ਗਏ ਸਜੇ ਦੀਵਾਨਾਂ ਵਿੱਚ, ਗੁਫਾ ਸਰ ਸਾਹਿਬ ਦੇ ਗੱਦੀ ਨਸ਼ੀਨ ਮਹਾਂਪੁਰਖਾਂ ਦੁਆਰਾ ਮਨੋਹਰ ਕੀਰਤਨ ਅਤੇ ਕਥਾ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਹੈ। ਮਹਾਂਪੁਰਖਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਦੀਰਘ ਆਜੂ ਬਖਸ਼ਣੀ, ਹਰ ਬਾਏ ਹਰ ਦਾਏ, ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਕੇ ਰੱਖਣਾ ਮਹਾਰਾਜ ਜੀ ਅੰਮ੍ਰਿਤ ਵੇਲੇ ਤੋਂ। ਆਪ ਜੀਆਂ ਦੇ ਸਥਾਨਾਂ 'ਤੇ ਜਿਹੜੀਆਂ ਵੀ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ, ਸੇਵਾਵਾਂ ਮਨਜ਼ੂਰ ਕਰਨੀਆਂ, ਕੀਰਤਨੀਆਂ ਸਿੰਘਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ, ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਹਾਂ। ਆਪ ਜੀਆਂ ਦੀ ਹਜ਼ੂਰੀ ਵਿੱਚ ਪੰਚਾਂ ਅੰਮ੍ਰਿਤ ਕੜਾਹ ਪ੍ਰਸ਼ਾਦੀਆਂ ਦੇਗਾਂ ਹਾਜ਼ਰ ਹਨ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਲੱਗਿਆ ਸ਼ੀਤ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਨਗਰ ਖੇੜੇ ਸੁੱਖ ਸ਼ਾਂਤੀਆਂ ਵਰਤਾਉਣੀਆਂ, ਸਥਾਨਾਂ ਦੀਆਂ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਬਖਸ਼ਣੀਆਂ। ਕਰੋ ਕਿਰਪਾ ਮਹਾਰਾਜ ਜੀ, ਨਿਹਾਲ ਤਾਈਆਂ ਦੇ ਹੁਕਮਨਾਮੇ ਸਹਿਤ ਬਖਸ਼ ਕੇ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾ ਵੈ ਗੁਰੂ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦਸ ਦਿਸ ਖੋਜਤ ਮੈਂ ਫਿਰਿਓ, ਜਤ ਦੇਖੋ ਤਤ ਸੋਏ, ਮਨ ਵਸਿਆ ਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ,
ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਹੇ ਜੀਓ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਪੇਟਿਓ ਵਡਭਾਗੀ ਮਨੈ ਪਿਆ ਬਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਪੇਟਿਓ ਵਡਭਾਗੀ ਮਨ ਹੈ ਭਇਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੈ ਰਹਾਉ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਨੀ ਲਾਗੇ ਇੱਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਨਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਆਚਰਜ ਸੁਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਵਿਨਾਸੇ ਵੱਡੀ ਵਡਿਆਈ ਆਚਰਜ ਸੁਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਵਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਫਕੀਰੋਂ ਕੇ ਬਖਸ਼ਿਸ਼ ਤਖਤ ਇਸ ਵਕਤ ਗੱਦੀ ਨਸ਼ੀਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਅੱਜ ਖਾਸ ਵਿਸ਼ੇਸ਼ ਸੰਤ ਖਾਲਸਾ ਹੋਸੀ ਪ੍ਰਕਾਸ਼ ਮਲੇਸ਼ ਖਾਲਸਾ ਹੋਸੀ ਨਾਸ ਸਰਵ ਸੰਗਤਾਂ ਨੂੰ ਪਤਾ ਹੈ 1974 ਸਰਵ ਧਰਮ ਅਸਥਾਨ ਛਿਉੜਾ ਸਾਹਿਬ ਨਿਸ਼ਾਨ ਸਾਹਿਬ ਸੰਤ ਮਹਾਰਾਜ ਨੇ ਚੜ੍ਹਾ ਕਰਕੇ ਗੁਰੂ ਘਰ ਬਾਤ ਦੇ ਵਿੱਚ ਬਣਿਆ
ਪੰਜ ਸੰਤਾਂ ਨੂੰ ਸੰਤ ਦੀ ਪਦਵੀ ਦਿੱਤੀ। ਬਾਬਾ ਕਰਮ ਸਿੰਘ ਜੀ ਨੂੰ ਸੰਤ, ਉਹਨਾਂ ਨੂੰ ਸੰਤ ਬਣਾਇਆ, ਸੰਤ ਬਾਬਾ ਕਰਮ ਸਿੰਘ ਜੀ। ਔਰ ਇਸ ਦੇ ਨਾਲ ਭਾਈ ਪਹਾੜਾ ਸਿੰਘ ਨੂੰ ਸੰਤ ਬਣਾਇਆ ਔਰ ਭਾਈ ਬਚਿੱਤਰ ਸਿੰਘ, ਇਹ ਢਲਕਈਏ ਦੇ ਭਰਾਤਾਂ ਨੇ, ਵੱਡੇ ਸੱਚਖੰਡ ਚਲੇ ਗਏ, ਉਹਨਾਂ ਨੂੰ ਸੰਤ। ਇਹ ਤਿੰਨੇ ਬਾਲੇਵਾਲ ਭੋਗੀਵਾਲ ਦੇ ਸਨ। ਚੌਥੇ ਭਾਈ ਜਸਵੰਤ ਸਿੰਘ ਅਟਲ ਆਸ਼ਰਮ, ਜਿਨ੍ਹਾਂ ਨੇ ਬਾਅਦ ਦੇ ਵਿੱਚ ਉੱਥੇ ਸੰਤ ਮਹਾਰਾਜ ਨੇ ਬਿਠਾਇਆ, ਉਹਨੂੰ ਸੰਤ ਬਣਾਇਆ। ਔਰ ਸੰਤ ਸੁਰਜੀਤ ਸਿੰਘ, ਜਿਨ੍ਹਾਂ ਦੇ ਦਾਦਾ ਜੀ ਸੰਤ ਬਾਬਾ ਆਤਰ ਸਿੰਘ ਮਹਾਰਾਜ ਜੀ ਦੇ ਜਥੇਦਾਰ ਸ਼ਮਸ਼ੇਰ ਸਿੰਘ, ਉਹ ਸੰਤ ਬਾਬਾ ਆਤਰ ਸਿੰਘ ਮਹਾਰਾਜਿਆਂ ਦੇ ਰਥਵਾਹੀ ਸਨ। ਉਹਨਾਂ ਨੂੰ ਪੰਜ ਸੰਤ ਥਾਪੇ। ਔਰ ਦੇਖੋ ਇੱਕ ਖਾਸ ਵਿਲੱਖਣ ਗੱਲ ਹੈ, ਵਿਸ਼ੇਸ਼ ਹੈ। ਇੱਕ ਉਹ ਲਾਲ ਬ੍ਰਹਮ ਗਿਆਨੀ ਨੇ, ਫਕਰ ਫਕੀਰ ਨੇ ਇਹ ਸੰਸਾਰ 'ਤੇ ਆ ਕੇ ਸੰਤ ਖਾਲਸਾ ਦਲ ਦੀ ਰਚਨਾ ਕੀਤੀ, ਬਾਨੀ ਬਾਨੀ ਹੈ ਸੰਤ ਖਾਲਸਾ ਦਾ। ਔਰ ਸੰਤ ਖਾਲਸਾ ਇਸ ਤੋਂ ਬਾਅਦ ਹੁਕਮ ਕਰ ਦਿੱਤਾ ਕਿ ਸੰਤ ਖਾਲਸਾ ਦਲ ਰਜਿਸਟਰਡ ਕਰਵਾਓ। 28 ਅਗਸਤ ਨੂੰ ਰਜਿਸਟਰ ਕਰਵਾ ਕੇ ਔਰ ਸਰਹੱਦੀ ਗੇਟ ਮਲੇਰਕੋਟਲਾ ਦਫ਼ਤਰ ਬਣਾਇਆ, ਦਾਸ ਨੂੰ ਉੱਥੇ ਬਿਠਾ ਵੀ ਦਿੱਤਾ, ਕੁਰਸੀ ਕਹਿ ਲਓ। ਇਸ ਤੋਂ ਬਾਅਦ 1 ਸਾਲ ਚੱਲ ਕੇ ਸਿੱਧਸਰ ਸਿਉੜਾ ਸਾਹਿਬ ਦਫ਼ਤਰ ਲਿਆਏ। 1987 ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਮਾਤਾ ਗੁਜਰੀ ਸਰੈਂ ਲਿਆਏ। ਸੰਤ ਮਹਾਰਾਜ ਦੀ ਚੜ੍ਹਾਈ ਕਰਕੇ ਸੱਚਖੰਡ ਚਲੇ ਗਏ ਉਲਾਲ। ਔਰ 2014 ਜੁਲਾਈ ਦੇ ਵਿੱਚ ਦਫ਼ਤਰ ਇਸ ਸਥਾਨ 'ਤੇ ਪਖੀਰ ਹੋ ਕੇ ਬਖਸ਼ੀਸ਼ੇ ਤਖ਼ਤ 'ਤੇ ਸਥਾਪਿਤ ਹੋ ਗਿਆ। ਮੇਰੇ ਕੋਲ ਅੱਜ ਸੰਸਾਰ ਤੋਂ ਦੁਨੀਆਂ ਦੇ ਵਿੱਚੋਂ ਵਧਾਈਆਂ ਆਈਆਂ ਨੇ, ਕਿਆ ਕਨੇਡਾ, ਸੱਤੇ ਸਮੁੰਦਰ ਅਮਰੀਕਾ, ਔਰ ਅਰਬ ਕੰਟਰੀਆਂ ਤੋਂ, ਜਰਮਨੀ ਤੋਂ ਉਹਨਾਂ ਦੇ ਵਧਾਈ ਸੰਦੇਸ਼ ਮਿਲੇ ਨੇ। ਮੈਂ ਤਾਂ ਸਾਰਿਆਂ ਨੂੰ ਅੱਜ ਜਥੇਦਾਰ ਸਾਹਿਬਾਨਾਂ ਨੂੰ, ਸਹਾਇਕ ਜਥੇਦਾਰ ਸਾਹਿਬਾਨਾਂ ਨੂੰ ਔਰ ਦੇਸ਼ ਵਿਦੇਸ਼ ਤੋਂ ਆਏ ਸੰਦੇਸ਼ੀਆਂ, ਜੋ ਚਾਹੇ ਡਾਕਟਰ ਸਾਹਿਬਾਨ ਨੇ, ਯੂਨੀਵਰਸਿਟੀਆਂ ਨੇ, ਕਿਉਂਕਿ ਇਸੇ ਬੈਨਰ ਦੇ ਹੇਠ 5 ਵਿਸ਼ਵ ਧਰਮ ਸੰਮੇਲਨ ਕੀਤੇ ਗਏ। ਇਸੇ ਬੈਨਰ ਦੇ ਹੇਠ ਸਿਰਸਰ, ਚੌਮੁਖਾਬਾਦ, ਨਵਾਂ ਮਸਤੂਆਣਾ ਔਰ ਨਾਲ ਹੀ ਆਪਾਂ ਚਲੇ ਜੋ ਗੁਰਦੁਆਰਾ ਚਾਰੇ ਸਾਹਿਬਜ਼ਾਦੇ, ਡੇਰਾ ਉੱਚਦਾ ਪੀਰ, ਇਹਨਾਂ 'ਤੇ 40 ਚੱਲੇ ਕਾਨਫਰੰਸਾਂ ਹੋਈਆਂ ਔਰ ਬਹੁਤ ਕਾਨਫਰੰਸਾਂ ਹੋਈਆਂ। ਮੈਂ ਜ਼ਿਆਦਾ ਹੁਣ ਸਮਾਂ ਨਹੀਂ ਲੈਣਾ, ਕਿਉਂਕਿ ਕਾਨਫਰੰਸਾਂ ਦਾ ਵੀ ਸਭ ਨੂੰ ਪਤਾ ਹੈ। ਅੱਜ ਸਵੇਰੇ 8 ਤੋਂ 9 ਵਜੇ ਤੱਕ ਗੱਦੇ ਨਿਸ਼ੇਜਿਆਂ ਦੀ ਪ੍ਰਧਾਨਗੀ ਹੇਠ ਸੰਤ ਖਾਲਸਾ ਦਲ ਦਾ ਜਨਰਲ ਇਜਲਾਸ ਹੋਇਆ। ਸਾਰੇ ਜਥੇਦਾਰ ਸਾਹਿਬਾਨਾਂ ਨੂੰ ਸ਼ਕਤੀਆਂ, ਪਾਵਰਾਂ ਦਿੱਤੀਆਂ ਗਈਆਂ ਕਿ ਦੱਸੋ ਅੱਜ ਕਿਹੜਾ ਮਤਾ ਪਾਈਏ। ਸਾਰੇ ਜਥੇਦਾਰ ਸਾਹਿਬਾਨਾਂ ਨੇ ਕਿ ਇਸ਼ਾਰਾ ਤਾਂ ਦੇ ਦਿੱਤਾ, ਆਹ ਜਿਹੜਾ
ਆ ਕਹਿ ਦਿਓ ਵੱਡਾ ਹਾਲ ਦੇ ਨਾਲ ਇਹ ਚਾਦਰਾਂ ਕਿਹੜੀਆਂ ਪਾਉਣੀਆਂ ਨੇ, ਕਿੱਥੋਂ ਆਉਣਾ, ਬਹੁਤ ਲੰਬਾ ਹੈ ਇਹ ਮਤਾ ਅੱਜ ਪਾਇਆ ਗਿਆ। ਮੈਂ ਸਾਰੇ ਜਥੇਦਾਰ ਸਾਹਿਬਾਨਾਂ ਨੂੰ, ਸਰਬ ਸੰਸਾਰੀਆਂ ਨੂੰ ਅੱਜ ਦੇ ਜੇ 50 ਸਾਲਾਂ ਗੋਲਡਨ ਜੁਬਲੀ ਦੇ ਦਿਵਸ 'ਤੇ, ਕਿਉਂਕਿ ਖੰਡ ਪਾਠ ਵੀ ਹੋ ਚੁੱਕਿਆ ਹੈ, ਅਰਦਾਸਾਂ ਹੋ ਚੁੱਕੀਆਂ ਨੇ, ਮੈਨੂੰ ਹੁਕਮ ਇਹ ਹੋਇਆ ਸੀ ਕਿ ਪਹਿਲੇ ਮੈਨੇਜਰ ਕੌਣ ਸਨ, ਸਿਉੜਾ ਸਾਹਿਬ, ਨਿਜ਼ਾਮਪੁਰ, ਲਸਾੜਾ, ਜੰਡਾਲੀ, ਜਰਗੜੀ, ਨਗਰਾਂ ਦੇ 5 ਮੈਨੇਜਰ ਥਾਪੇ ਗਏ ਸੀ, ਔਰ ਚੌਧਰੀ ਜਗੀਰ ਸਿੰਘ ਨਗਰ ਸਰਾਣਾ ਮਰੰਡਾ ਚਮਕੌਰ ਸਾਹਿਬ, ਉਹਨਾਂ ਨੂੰ ਸਰਦਾਰ ਮਹਿੰਦਰ ਸਿੰਘ ਤਹਿਸੀਲਦਾਰ ਨਗਰ ਸਿਉੜਾ ਸਾਹਿਬ, ਔਰ ਚੌਧਰੀ ਕਰਨੈਲ ਸਿੰਘ ਨਗਰ ਮੋਰੰਡਾ ਚਮਕੌਰ ਸਾਹਿਬ ਸਹਾਇਕ ਮੈਨੇਜਰ, ਸਰਦਾਰ ਨਿਰਮਲ ਸਿੰਘ ਨਗਰ ਢੀਂਗੀ ਨਾਭਾ ਚੜ੍ਹਾਈ ਕਰ ਗਏ, ਮੇਜਰ ਗੁਰਮੇਲ ਸਿੰਘ ਨਗਰ ਜੰਡਾਲੀ, ਭਾਈ ਦਦਾਰ ਸਿੰਘ ਸੰਘਾਲੀ ਧੂਰੀ, ਸਰਦਾਰ ਹਰਪ੍ਰੀਤ ਸਿੰਘ ਮਾਧਪੁਰ ਸਮਰਾਲਾ, ਸਰਦਾਰ ਰਣਧੀਰ ਸਿੰਘ ਪਟਿਆਲਾ, ਸਰਦਾਰ ਜਾਗ ਸਿੰਘ ਪਿੰਡ ਬੇਨੜਾ ਧੂਰੀ, ਇਹ ਚੜ੍ਹਾਈ ਕਰ ਗਏ ਇਹਨਾਂ ਵਿੱਚੋਂ, ਔਰ ਨਾਲ ਕੁਲਵੰਤ ਸਿੰਘ ਗਾਜੇਵਾਸ, ਕਰਮਜੀਤ ਸਿੰਘ ਹਰਬੰਸਪੁਰਾ ਲਾਹੌਰਾ, ਇਹ ਨੇ। ਅਤੇ ਮੈਂ ਸੰਖੇਪ ਦੱਸਿਆ ਕੈਪਟਨ, ਹਾਂਜੀ ਆਹ ਦੇਖੋ ਕੈਪਟਨ ਅਮਰ ਸਿੰਘ ਦਾ ਮੈਂ ਅਗਲਾ ਹੀ ਆ ਰਿਹਾ, ਅਤੇ ਕੈਪਟਨ ਅਮਰ ਸਿੰਘ ਖੰਨਾ ਫਲੌਰੀ, ਮਾਸਟਰ ਰਾਮ ਲਾਲ ਭੈਣੇ ਬੈਠੇ ਨੇ, ਸਲਾਹਕਾਰ ਤਾਂ ਮੈਂ ਹੁਣ ਅੱਗੇ ਸਲਾਹਕਾਰ ਕੋਠਾਰੀ, ਕੋਠਾਰੀ ਸੁਣ ਲਓ ਖਾਸ ਹੈ, ਸੰਤ ਬਾਬਾ ਕੇਰਦਾਸ ਜੀ ਮਹਾਰਾਜ ਰੋੜਗੜ੍ਹ, ਬੜੇ ਬ੍ਰਹਮ ਗਿਆਨੀ ਗਜਾਧਾਰੀ, ਬਾਬਾ ਰਾਏ ਸਿੰਘ ਚੋਮੋ ਸਿਰਸਰ ਸਿਉੜਾ ਸਾਹਿਬ, ਮਾਤਾ ਗੁਜਰੀ ਸਾਹਿਬ ਫਤਿਹਗੜ੍ਹ, ਸ਼ੀਤਲਦਾਸ ਬਹਿਬਲਪੁਰ ਰੋੜਗੜ੍ਹ, ਭਰਾਤਾ ਜਾਗਰ ਸਿੰਘ ਸਿਉੜਾ ਸਾਹਿਬ, ਸੂਬੇਦਾਰ ਬਚਿੱਤਰ ਸਿੰਘ ਗੁਰੂਸਰ ਚੱਕਰ, ਤਹਿਸੀਲਦਾਰ ਸਰਦਾਰ ਮਹਿੰਦਰ ਸਿੰਘ ਸਿਉੜਾ ਸਾਹਿਬ, ਜਥੇਦਾਰ ਦਰਸ਼ਨ ਸਿੰਘ ਅਮਲੋ, ਅੱਜ ਇੱਕ ਖਾਸ ਸੰਤ ਮਹਾਰਾਜ ਦੇ ਮਾਮਾ ਜੀ ਬਹਿ ਜੋ ਸਾਰੇ ਅਰਦਾਸ ਹੋ ਰਹੀ ਹੈ। ਹਾਂਜੀ ਹਾਂਜੀ ਹਾਲੇ ਹੋਰ ਸਮਾਂ ਹੈ, ਮੈਂ ਵਿਦਤ ਕਰਦਾ ਕਿਉਂਕਿ ਰਾਜਸਥਾਨ ਵਾਲਿਆਂ ਨੇ ਵੀ ਬੋਲਣਾ 2 ਮਿੰਟ, ਅਤੇ ਆਪਣੇ ਹਾਂ ਸਰਪੰਚ ਸਾਹਿਬ, ਮੈਂ ਬੇਨਤੀ ਕਰਦਾ ਸਰਪੰਚ ਸਾਹਿਬ ਨਗਰ ਦੇ ਕੰਗ ਸਾਹਿਬ ਨੂੰ ਉਹ ਸਟੇਜ 'ਤੇ ਆ ਜਾਣ, ਉਹਨਾਂ ਵੱਲੋਂ ਭੰਡਾਰਾ ਪੱਕਾ ਭੰਡਾਰਾ ਕੀਤਾ ਗਿਆ, ਉਹਨਾਂ ਨੂੰ ਬੇਨਤੀ ਹੈ। ਔਰ ਦੂਸਰਾ ਮੈਂ ਊਧਮ ਸਿੰਘ ਖਲਿਆਣ, 15 ਅਗਸਤ ਹੈ ਅੱਜ, ਜਿਨ੍ਹਾਂ ਨੂੰ ਨਾਭੇ ਬੀੜ ਦੇ ਵਿੱਚ ਪੁੱਠਾ ਕਰਕੇ ਚਰਬੀ ਹੇਠ ਅੰਗੀਠੀ ਜਲਾ ਕੇ ਚਰਬੀ ਕੱਢੀ ਗਈ, ਉਹਨਾਂ ਨੂੰ ਫਿਰ ਜਲਾਵਤਨ ਕਰਕੇ ਸ਼ਾਹੀਬਾਗ ਜੇਲ੍ਹ ਪਾਕਿਸਤਾਨ ਕਈ ਜੇਲ੍ਹਾਂ 'ਚ ਭੇਜਿਆ ਗਿਆ, ਮੈਂ ਰਿਕਾਰਡ 1993 ਵਿੱਚ ਲਿਆਇਆ ਸੀ, ਫੁਰਦ ਕਰ ਦਿੱਤਾ ਸੀ। ਅੱਜ ਉਹਨਾਂ ਨੂੰ ਵੀ ਅਸੀਂ ਨਮਨ ਕਰਦੇ ਹਾਂ, ਕਿਉਂਕਿ ਸੰਤ ਮਹਾਰਾਜ ਦੇ ਸਕੇ, ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਜੀ ਦੇ ਸਕੇ ਮਾਮਾ ਜੀ ਸਨ, ਕਿਉਂ ਨਾ ਆਜ਼ਾਦੀ ਘਲਾਟੀ ਹੈ, 25 ਜਲਾ ਵਤਨੀ ਹੈ। ਹੁਣ ਮੈਂ ਜ਼ਿਆਦਾ ਸਮਾਂ ਕਿਉਂਕਿ ਲੋਟ ਬੱਦੀ ਤੱਕ ਇਹ ਪਏ ਨੇ, ਆਓ ਮੈਂ ਸਾਰੇ ਇਹ ਗੋਲਡਨ ਜੁਬਲੀ ਜਿਹਦੇ ਵਿੱਚ ਜਨਰਲ ਇਜਲਾਸ ਹੋਇਆ, ਸੰਤ ਖਾਲਸਾ ਦਲ ਦੇ ਜਥੇਦਾਰ ਸਾਹਿਬਾਨਾਂ ਨੂੰ ਔਰ ਸਾਰੇ ਸੰਗਤਾਂ ਨੂੰ, ਦੇਸ਼ ਦੇ ਨੂੰ ਗੋਲਡਨ ਜੁਬਲੀ 'ਤੇ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਕਿਸਾਨਾਂ ਜੀ, ਰਾਜਸਥਾਨ ਤੋਂ ਰਾਮ ਸਿੰਘ ਕਿਸਾਨਾਂ, ਆਓ ਜੀ ਫਿਰ ਲੋਟ ਸਾਹਿਬ, ਚਾਹੇ 2-2 ਮਿੰਟ ਬੋਲਿਓ, ਬੋਲਿਓ ਜ਼ਰੂਰ, ਫਿਰ ਇਸ ਤੋਂ ਬਾਅਦ ਸਾਰੀ ਲਿਸਟ
ਸਾਡੇ ਸਤਿਕਾਰਯੋਗ ਅਜੀਤ ਸਿੰਘ ਜੀ ਜਨਰਲ ਸੈਕਟਰੀ ਉਹ ਸਾਂਝੇ ਕਰਨਗੇ। ਜੈ ਗੋਪਾਲ ਜੈ ਗੁਰਦੇਵ। ਆਜ ਮੈਂ ਇਸ ਪਾਨਵ ਪਵਿੱਤਰ ਦਿਵਸ ਕੇ ਉੱਪਰ ਆਜ ਸੰਤ ਖਾਲਸਾ ਦਲ ਕੀ ਸਥਾਪਨਾ ਦਿਵਸ ਕੀ ਗੋਲਡਨ ਜੁਬਲੀ ਕੇ ਉੱਪਰ ਮੈਂ ਸ਼ੁਭਕਾਮਨਾਏ ਦੇਤਾ ਹੂੰ। ਔਰ ਮੈਂ ਮੁਝੇ ਯਾਦ ਹੈ ਕਿ ਬਾਬਾ ਬਲਵੰਤ ਸਿੰਘ ਕਹਿਤੇ ਥੇ ਕਿ ਇਹ ਰੋਡੇਵਾਲ ਕੀ ਧਰਤੀ ਐਸਾ ਇਤਿਹਾਸ ਰਚੇਗੀ। ਯਹਾਂ ਸੇ ਸੰਤ ਖਾਲਸਾ ਦਲ ਕਾ ਆਫਿਸ ਰਜਿਸਟਰਡ ਹੁਆ ਹੈ ਔਰ ਯਹੀਂ ਪਰ ਸੇ ਪੂਰੇ ਦੇਸ਼ ਮੇਂ ਇੱਕ ਮੈਸੇਜ ਜਾਏਗਾ ਸੰਤ ਖਾਲਸਾ ਦਲ ਕਿਆ ਹੋਤਾ ਹੈ, ਯਹ ਸੰਦੇਸ਼ ਵੀ ਯਹੀਂ ਸੇ ਜਾਏਗਾ। ਜੈ ਗੁਰਦੇਵ ਜੈ ਗੋਪਾਲ। ਔਰ ਹਮਾਰੇ ਯਹਾਂ ਰਾਜਸਥਾਨ ਮੇਂ ਭਗਵਾਨ ਦੇਵ ਨਾਰਾਇਣ ਕੀ ਧਵਜ ਯਾਤਰਾਏ ਜੋ ਬਾਬਾ ਬਲਵੰਤ ਸਿੰਘ ਕੇ ਦੁਆਰਾ ਨਿਕਾਲੀ ਗਈ ਥੀ ਵੋ ਧਵਜ ਯਾਤਰਾ 1 ਸਿਤੰਬਰ ਸੇ 8 ਸਿਤੰਬਰ ਤੱਕ ਚਾਲੂ ਰਹੇਗੀ ਜੋ ਕੋਟਪੁਲੀ ਸੇ ਚਾਲੂ ਹੋਗੀ ਔਰ ਦੇਵਧਾਮ ਜੋਧਪੁਰੀਆ ਤੱਕ ਜਾਏਗੀ। ਜੈ ਗੁਰਦੇਵ। ਕਿਸਾਨਾਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਚੇਅਰਮੈਨ ਸਾਹਿਬ ਸਰ ਰਘਵੀਰ ਸਿੰਘ ਜੀ ਲੋਟ ਉਹ ਵੀ